ਸਾਨੂੰ ਪਹਿਲਾਂ ਵੀ ਇਹਨਾਂ ਨੇ ਗੁਲਾਮ ਕੀਤਾ ਸੀ ਤੇ ਆ ਜਿਹੜਾ ਹੁਣ ਦਰਬਾਰੇ ਆਇਆ ਵਾ ਭਈਆ ਤੇ ਇਹਨਾਂ ਨੇ ਸਾਨੂੰ ਗੁਲਾਮ ਹੀ ਕੀਤਾ ਵਾ ਤੇ ਪਰ ਅਸੀਂ ਆਜ਼ਾਦੀ ਚਾਹੁੰਦੇ ਆਜ਼ਾਦੀ ਹੀ ਲੈ ਸਕਦੇ ਹਾਂ ਕਿਉਂਕਿ ਅਸੀਂ ਜਾਗ ਚੁੱਕੇ ਹਾਂ ਅੱਗੇ ਸਾਡੀ ਕੌਮ ਹੀ ਸੁੱਤੀ ਜਿਹੜੀਆਂ ਜ਼ਮੀਨਾਂ ਦੇ ਇਹ ਹੱਕ ਕਬਜ਼ਾ ਕਰਨਾ ਚਾਹੁੰਦਾ ਵਾ ਉਹ ਜ਼ਮੀਨਾਂ ਦੇ ਅਸੀਂ ਵਾਰਸ ਹਾਂ ਤੈਨੂੰ ਦੱਸ ਕੇ ਆਏ ਹੁਣ ਹੋ ਜਾ ਕੈਮਣੀ ਤੇਰੇ ਕੱਢ ਕੇ ਜਾਵਾਂਗੇ ਸਾਰੇ ਵਹਿਮਣੀ ਤੇਰੇ ਮਨ ਚ ਨਾ ਰਹਿ ਜੇ ਕੋਈ ਸ਼ੱਕ ਦਿੱਲੀਏ ਅਸੀਂ ਲੈ ਕੇ ਮੁੜਾਂਗੇ ਅਸੀਂ ਲੈ ਕੇ ਮੁੜਾਂਗੇ ਪੰਜਾਬ ਹੱਕ ਦਿੱਲੀਏ ਅਸੀਂ ਲੈ ਕੇ ਮੁੜਾਂਗੇ ਜਿਹੜੇ ਗੋਰੇ ਸੀ ਨਾ ਉਹਨਾਂ ਨੇ ਸਾਨੂੰ ਪਹਿਲਾਂ ਜੰਜੀਰਾਂ ਬਣਵਾਈਆਂ ਸੀ ਹੁਣ ਮੋਦੀ ਬਣਾਉਣਾ ਚਾਹੁੰਦਾ ਹੈ ਤੇ ਉਹ ਵੀ ਅਡਾਨੀ ਮਗਰ ਲੱਗ ਗਏ ਤੇ ਅਸੀਂ ਅਡਾਨੀ ਵਾਲਿਆਂ ਦੇ ਨਾਲ ਨਹੀਂ ਲੱਗਾਂਗੇ ਤੇ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਉਹ ਮੋਦੀ ਨਹੀਂ ਰੱਦ ਕਰਦਾ ਪਿਆ ਅਸੀਂ ਰੱਦ ਕਰਾ ਕੇ ਰਹਾਂਗੇ ਕਿ ਮੋਦੀ ਰੱਦ ਕਰਨਾ ਚਾਹਵੇ ਤੇ ਅਸੀਂ ਰੱਦ ਕਰਾ ਕੇ ਰਹਾਂਗੇ ਜਾਂ ਅਸੀਂ ਲੜਾਈ ਲੜਾਂਗੇ ਕਿਸ ਤਰ੍ਹਾਂ ਦੀ ਲੜਾਈ ਹੋਵੇ ਕਿਸ ਤਰ੍ਹਾਂ ਜਿੱਤਾਂਗੇ ਮੁੱਕੀਆਂ ਮਾਰ ਕੇ ਜਾਂ ਡੰਡੇ ਮਾਰ जिथे कि धरना प्रदर्शन लगातार जारी उसके नाल वेखन मिले कि दिल्ली के लखा की तादाद किसान जड़े ने वो अपने हकों लिए दिल्ली के लगातार धरना प्रदर्शन जारी है। मंग है कि जिन्ना चिकर काले कानून वापस नहीं हो जाते वो दिल्ली तो वापस नहीं परतनगे। इस दे नाल ही हुण तुहानूं तस्वीर जिहड़ी दिखाना चाहते कि तुसीं देख सकते हो कि पिद्दी पिंड दी महिलावां किसान महिलावां उन्हां दे बच्चे जंजीरां नाल बधे हुए ने कि हजे भी वह गुलाम ने। क्यों गुलाम ने असीं गल करना चाहांगे। बेटा की ना तेरा? दमनजीत कौर पिंड पिद्दी। ए बेटा की जंजीरियां जंजीरां च बद्धे होए जो ए की हैगा? जड़े गोरे सी ना उन्हां ने हानू पहले जंजीरां बनवाईयां सी हुण मोदी बनाउणा चाहुंदा है ते ओह वी अडानी मगर लग गए ते असीं अडानी वालिआं दे नाल नहीं लगांगे ते जड़े तिन्न काले कानून सी ओह मोदी नहीं रद्द करदा पिआ असीं रद्द करा के रहांगे ते ਅਸੀਂ ਹੁਣ ਕਹਿੰਦੇ ਹਾਂ ਵੀ ਮੋਦੀ ਰੱਦ ਕਰਨਾ ਚਾਹਵੇ ਤੇ ਅਸੀਂ ਰੱਦ ਕਰਾ ਕੇ ਰਹਾਂਗੇ ਜਾਂ ਅਸੀਂ ਲੜਾਈ ਲੜਾਂਗੇ। ਕਿਸ ਤਰ੍ਹਾਂ ਦੀ ਲੜਾਈ ਹੋਵੇਗੀ? ਕਿਸ ਤਰ੍ਹਾਂ ਕੀ ਤਰੀਕੀ ਹੈ? ਮੁੱਕੀਆਂ ਮਾਰ ਕੇ ਜਾਂ ਡੰਡੇ ਮਾਰ ਕੇ। ਉਹ ਗਾਣਾ ਕਿਹਦੀ ਗੀਤ ਕਿਹੜਾ ਗਾ ਰਹੇ ਤੁਸੀਂ? ਅਸੀਂ ਤੈਨੂੰ ਦੱਸ ਕੇ ਆਏ ਹੁਣ ਹੋ ਜਾ ਕੈਮਣੀ ਤੇਰੇ ਕੱਢ ਕੇ ਜਾਵਾਂਗੇ ਸਾਰੇ ਵਹਿਮਣੀ ਤੇਰੇ ਮਨ ਚ ਨਾ ਰਹਿ ਜੇ ਕੋਈ ਸ਼ੱਕ ਦਿੱਲੀਏ ਅਸੀਂ ਲੈ ਕੇ ਮੁੜਾਂਗੇ ਅਸੀਂ ਲੈ ਕੇ ਮੁੜਾਂਗੇ ਪੰਜਾਬ ਹੱਕ ਦਿੱਲੀਏ ਅਸੀਂ ਲੈ ਕੇ ਮੁੜਾਂਗੇ। ਸੋ ਇਹ ਸਨ ਬੱਚੇ ਤੁਸੀਂ ਦੇਖ ਸਕਦੇ ਜੋ ਕਿ ਕਿੰਨਾ ਜੋਸ਼ ਹੈ ਕਿੰਨਾ ਇਹਨਾਂ ਦੇ ਅੰਦਰ ਜੋਸ਼ ਭਰਿਆ ਹੈ ਕਿ ਇਸ ਚੀਜ਼ ਨੂੰ ਕਿ ਜਿਹੜੇ ਹੱਕ ਨੇ ਉਹ ਲੈ ਕੇ ਹੀ ਛੱਡਣੇ ਨੇ ਉਹਨਾਂ ਚਿਰ ਉਹ ਵਾਪਸ ਦਿੱਲੀ ਤੋਂ ਜਿਹੜੇ ਇਹਨਾਂ ਦੇ ਪਰਿਵਾਰ ਵਾਲੇ ਗਏ ਨੇ ਉਹ ਉੱਥੋਂ ਵਾਪਸ ਨਹੀਂ ਆਉਣਗੇ। ਉਸ ਦੇ ਨਾਲ ਅਸੀਂ ਜਿਹੜੀ ਗੱਲ ਕਰਾਂਗੇ ਇੱਥੇ ਮਹਿਲਾਵਾਂ ਦੇ ਨਾਲ ਵੀ ਤੁਸੀਂ ਦੇਖੋ ਤਸਵੀਰਾਂ ਜਿਹੜੀਆਂ ਕਿ ਜ਼ੰਜੀਰਾਂ ਦੇ ਨਾਲ ਜੋ ਅੰਗਰੇਜ਼ ਵੇਲਾ ਸੀ ਉਹ ਚੀਜ਼ ਰਸਾਈ ਵੇਖਣ ਨੂੰ ਮਿਲ ਰਹੀ ਹੈ। ਇਹ ਬੀਬੀ ਜੀ ਕੀ ਨਾਂ ਤੁਹਾਡਾ ਜੀ? ਦਵਿੰਦਰ ਕੌਰ ਜੀ। ਇਹ ਦਵਿੰਦਰ ਕੌਰ ਜੀ ਤੁਸੀਂ ਜ਼ੰਜੀਰਾਂ ਨਾਲ ਬੱਝੇ ਹੋ, ਕੀ ਆਪਾਂ ਇਸ ਨੂੰ ਕੀ ਮੰਨ ਸਕਦੇ ਹਾਂ? ਅਸੀਂ ਇਹ ਮੰਨਦੇ ਵੀ ਸਾਨੂੰ ਪਹਿਲਾਂ ਵੀ ਇਹਨਾਂ ਨੇ ਗੁਲਾਮ ਕੀਤਾ ਸੀ ਤੇ ਆਹ ਜਿਹੜਾ ਹੁਣ ਦਰਬਾਰੇ ਆਇਆ ਵਾ ਭਈਆ ਤੇ ਇਹਨੇ ਵੀ ਸਾਨੂੰ ਗੁਲਾਮ ਹੀ ਕੀਤਾ ਵਾ ਤੇ ਪਰ ਅਸੀਂ ਆਜ਼ਾਦੀ ਚਾਹੁੰਦੇ ਆਜ਼ਾਦੀ ਹੀ ਲੈ ਸਕਦੇ ਹਾਂ ਕਿਉਂਕਿ ਅਸੀਂ ਹੁਣ ਜਾਗ ਚੁੱਕੇ ਹਾਂ ਅੱਗੇ ਸਾਡੀ ਕੌਮ ਹੀ ਸੁੱਤੀ ਜਿਹੜੀਆਂ ਜ਼ਮੀਨਾਂ ਦੇ ਇਹ ਹੱਕ ਕਬਜ਼ਾ ਕਰਨਾ ਚਾਹੁੰਦਾ ਵਾ ਉਹ ਜ਼ਮੀਨਾਂ ਦੇ ਅਸੀਂ ਵਾਰਸ ਹਾਂ ਤੇ ਪਰ ਅਸੀਂ ਬਾਹਰਲੀਆਂ ਕੰਪਨੀਆਂ ਜੋ ਅਡਾਨੀ ਅਵਾਨੀ ਆ ਜੋ ਅਸੀਂ ਲੋਕਾਂ ਨੂੰ ਵੀ ਇਹ ਦੇਣਾ ਚਾਹੁੰਦੇ ਹਾਂ ਵੀ ਜਿਹੜੀਆਂ ਸੀਮਾਂ ਸੁਮਾਂ ਇਹਨਾਂ ਦਾ ਬਾਈਕਾਟ ਕਰੋ ਕਿਉਂਕਿ ਇਹ ਇਹਨਾਂ ਨੇ ਤਾਂ ਪਾਤਾ ਗੰਦ ਸਾਡੇ ਪੰਜਾਬ 'ਚ ਆਣ ਕੇ ਇਹਨਾਂ ਨੂੰ ਅਸੀਂ ਬਿਲਕੁਲ ਇਹਨਾਂ ਦਾ ਬਾਈਕਾਟ ਕਰਦੇ ਹਾਂ। ਅਸੀਂ ਲੋਕਾਂ ਕੜੀ ਇਹੋ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਜੋ ਅਡਾਨੀ ਬਾਨੀ ਅਤੇ ਜੋ ਆ ਕੇਂਜਰੀ ਕੁੰਜਰੀਵਾਲ ਸਭ ਨੂੰ ਇੱਥੋਂ ਕੱਢੋ ਕਿਉਂਕਿ ਇਹ ਸਾਡੇ ਵਾਸਤੇ ਸਾਡੀ ਜਿਹੜੀ ਜ਼ਿੰਦਗੀ ਆ ਇਹਨਾਂ ਵਾਸਤੇ ਘਾਤ ਕੇ ਆ ਕਿਉਂ ਜਿਹੜੀ ਤੁਸੀਂ ਜੰਜੀਰਾਂ ਬੱਧੀਆਂ ਨੇ ਕਿ ਇਹ ਆਜ਼ਾਦ ਨਹੀਂ? ਅਸੀਂ ਆਜ਼ਾਦ ਨਹੀਂ ਅਸੀਂ ਗੁਲਾਮ ਹਾਂ ਅਸੀਂ ਆਹਨਾ ਗੁਲਾਮ ਅਸੀਂ ਅੱਗੇ ਵਾਂਗੂ ਗੁਲਾਮ ਹੋ ਗਏ ਅੱਗੇ ਨਾਲੋਂ ਵੀ ਜ਼ਿਆਦਾ ਮਤਲਬ ਕਿ ਗੁਲਾਮ ਆ ਪਰ ਇਹ ਆਜ਼ਾਦੀ ਅਸੀਂ ਹੁਣ ਚਾਹੁੰਦੇ ਹਾਂ ਵੀ ਆਜ਼ਾਦੀ ਹੋਈ ਹੈ ਪਰ ਯਾਦ ਇਹਨਾਂ ਸਰਕਾਰਾਂ ਜਿਹੜੀਆਂ ਗੰਦੀਆਂ ਸਰਕਾਰਾਂ ਆ ਗਈਆਂ ਨਾ ਇਹ ਛੜੇ ਛੁੜੇ ਜਿਹੜੇ ਸਭ ਇਹਨਾਂ ਨੇ ਸਾਨੂੰ ਯਾਦ ਨਹੀਂ ਹੋਣ ਦੇਣਾ। ਸੋ ਇੱਥੇ ਹੋਰ ਮਹਿਲਾਵਾਂ ਉਹਨਾਂ ਨੇ ਬੀਬੀ ਜੀ ਤੁਸੀਂ ਜੰਜੀਰਾਂ ਨਾਲ ਬੱਧੇ ਜੋ ਕੀ ਇਹ ਹੈਗਾ ਮਕਸਦ ਕਿ ਆਪਾਂ ਆਜ਼ਾਦ ਨਹੀਂ? ਨਹੀਂ ਅਸੀਂ ਆਜ਼ਾਦ ਨਹੀਂ ਤਾਂ ਹੀ ਅਸੀਂ ਜੰਜੀਰਾਂ ਬੱਧੇ ਹਾਂ ਕਿ ਅਸੀਂ ਪਹਿਲਾਂ ਵੀ ਨਹੀਂ ਪਹਿਲਾਂ ਆਜ਼ਾਦ ਨਹੀਂ ਸੀਗੇ ਅਤੇ ਆਜ਼ਾਦ ਹੋਏ ਸੀਗੇ ਅਤੇ ਹੁਣ ਸਾਨੂੰ ਫਿਰ ਇਹਨੇ ਇਹੋ ਕੰਮ ਕੀਤਾ ਵਾ ਕਿ ਸਾਨੂੰ ਇਹਨੇ ਫਿਰ ਕਿਹਾ ਵਾ ਕਿ ਤੁਸੀਂ ਮੇਰੇ ਥੱਲੇ ਹੀ ਰਹੋਗੇ ਅਸੀਂ ਵੋਟਾਂ ਪਾ ਕੇ ਇਹਨੂੰ ਜਿਤਾਇਆ ਹੈ ਅਤੇ ਸਾਨੂੰ ਹੀ ਤੰਗ ਕਰਦਾ ਪਿਆ ਵਾ ਜੇ ਕਿਸਾਨ ਹੋਊਗਾ ਅਤੇ ਫਸਲ ਬੀਜੂਗਾ ਅਤੇ ਉਹ ਗਾੜੀ ਖਾਣਗੇ ਕਣਕ ਝੋਨਾ ਬੀਜਿਆ ਜਾਊਗਾ ਅਤੇ ਜੇ ਇਹ ਨਾ ਹੋਊਗਾ ਤਾਂ ਲੋਕ ਖਾਣਗੇ ਕਿੱਥੋਂ ਅਤੇ ਜੇ ਅਸੀਂ ਸਾਡੇ ਕੋਲ ਫਸਲਾਂ ਹੋਣਗੀਆਂ ਅਤੇ ਸਾਡੇ ਜਿਹੜੇ ਮਜ਼ਬੀ ਸਿੱਖ ਆ ਇਹ ਉੱਥੇ ਦਿਹਾੜੀਆਂ ਕਰਨਗੇ ਨਹੀਂ ਤਾਂ ਇਹ ਕਿੱਥੇ ਕਰਨਗੇ
ते इहने सारिआं दे हत्थ वड़दा पिआ वा कि मैं इत्थे फैक्ट्रियां खोलां, मैं इत्थे कई कुछ बणावां, पर अहीं इह नहीं बण देणा, अहीं आजाद हो के विखाउणा वा भी कि कितना आजाद होईदा वा। अंग्रेज़ां वेले भी देखण नूं मिलदा कि जिस तरह कि जंजीरां बन्नियां सी धूके खड़दे ही, अज तुसीं समझदे कि आपां आजाद नहीं हैगे? ना, असीं आजाद नहीं हैगे, सानूं पहलां भी इस तरह कीता सी ते हुण भी इहने इहो कुछ ही कीता वा। पहलां भी बहुत मंत्री बणे आ, पर इहो जिहा मंत्री कदी नहीं वेख्या भी जिहड़ा हुण जट्टां दीआं किसानां दीआं जमीनां खोण दिआ वा। इह जमीनां नहीं खोण देणियां, इहनूं असीं आजाद होना वा। सो ये सन किसान मेलावान पिंड पिद्दी, जिन्हों का मानना है कि अजे भी जड़ा अं जंजीर कैद ने कि जदों के खेती कानून जोड़े पास होए ने उन्हों का विरोध निरंतर लगातार जारी है। दिल्ली में भी प्रदर्शन लगातार जारी है। उन्हों का मानना है कि जिन्ना चेकर दिल्ली फतेह नहीं की जाती वह घर तो वापस नहीं आने। तो अगर गल की जाए पिंडा की, तो पिंड भी जोड़े लगातार जोड़े प्रोटेस्ट ने वह भी जारी ने। तो हूँ भी तुम वेख सकते जो कि जंजीर के नाल बधे हुए हैं, तो मांग कर रहे हैं कि जिहड़े खेती कानून है इन्हां नूं वापस लिया जाए। कि हुण देश दे प्रधानमंत्री कि नरेंद्र मोदी कि यह खेती कानून वापस लैंदे हन कि जां लगातार धरना प्रदर्शन वेखण नूं मिलणगे। विजय कुमार, D5 चैनल पंजाबी, तरनतारन। D5 चैनल पंजाबी, हुणे सबसक्राइब करो, बैल आइकन ते क्लिक करो।